कि मेरे जीवन दे विच जिहड़ी तब्दीली आ इह किवें आई, क्योंकि मेरा गुरसिखी दे नाल कोई संबंध नहीं सी। मेरी कटिंग कीती हुई सी ते मैनूं जिहड़ा शौक सी सब तों पहलां क्रिकेट दा बहुत ज़्यादा शौक सी कि जिस विच जिहड़े मेरे नाल दोस्त खेलदे हुंदे सी ਉਹ ਅੱਜ ਵੀ ਦੱਸਦੇ ਆ ਅਤੇ ਮੈਨੂੰ ਵੀ ਮਹਿਸੂਸ ਹੁੰਦਾ ਵਾ ਕਿ ਗਰਵ ਮਹਿਸੂਸ ਹੁੰਦਾ ਕਿ ਮੈਂ ਉਹਨਾਂ ਨੂੰ ਚਾਰ ਬਾਲਾਂ ਵੀ ਮੇਰੀਆਂ ਨਹੀਂ ਸਨ ਖੇਡ ਸਕਦੇ ਅਤੇ ਜਿਹੜੀ ਇਹ ਬੋਲ ਜਿਹੜੀ ਮੈਨੂੰ ਪਾਉਂਦੀ ਜਿਹੜੀ ਉਹ ਟ੍ਰੇਨਿੰਗ ਜਿਹੜੀ ਮੈਂ ਉਹ ਟੀ ਵੀ ਤੋਂ ਲਈ ਸੀ ਵੀ ਜਦੋਂ ਮੈਂ ਕ੍ਰਿਕਟ ਨੂੰ ਦੇਖਦਾ ਅਤੇ ਜਹੀਰ ਖਾਨ ਜਿਹੜਾ ਤੁਸੀਂ ਸੁਣਿਆ ਹੋਵੇਗਾ ਸ਼ਾਇਦ ਕ੍ਰਿਕਟਰ ਉਹਦੀ ਬੋਲਿੰਗ ਨੂੰ ਵੇਖ ਕੇ ਮੈਂ ਬੋਲਿੰਗ ਪਾਉਣੀ ਸ਼ੁਰੂ ਕੀਤੀ ਸੀ ਅਤੇ ਜਦੋਂ ਮੇਰੀ ਮਤਲਬ ਬੈਟਿੰਗ ਦੀ ਵਾਰੀ ਆਉਣੀ ਅਤੇ ਬੈਟਿੰਗ ਦੇ ਵਿੱਚ ਵੀ ਇੰਨੀ ਮੈਂ ਮਤਲਬ ਜਿਹੜੀ ਮੈਨੂੰ ਗਿਆਨ ਹੋ ਚੁੱਕਾ ਸੀ ਵੀ ਉਹ ਬਾਲ ਨੂੰ ਕਿਵੇਂ ਦੇਖ ਕੇ ਕਿਵੇਂ ਖੇਡਣਾ ਕਿ ਮੈਂ ਜਦੋਂ ਕ੍ਰਿਕਟ ਖੇਡਦੇ ਸਮੇਂ ਵਿੱਚ ਮੇਰੇ ਖਿਆਲ ਮੈਂ ਛੱਕਾ ਤਾਂ ਕੋਈ ਨਹੀਂ ਮਾਰਿਆ ਉਹਨਾਂ ਨੇ ਚੌਕੇ ਬਹੁਤ ਮਾਰੇ ਕਿ ਮੈਨੂੰ ਸ਼ੌਂਕ ਵੀ ਕਿ ਮੈਂ ਇੱਕ ਵਧੀਆ ਬੋਲਰ ਜਿਹੜਾ ਵਾ ਬਣਨਾ ਸੀ ਪਰ ਅਸਲ ਦੇ ਵਿੱਚ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਕਿ ਪਰਮਾਤਮਾ ਨੇ ਮੈਨੂੰ ਗੁਰਸਿੱਖੀ ਵਾਲੇ ਪਾਸੇ ਲੈ ਕੇ ਆਉਣਾ ਸੀ ਕਿਉਂਕਿ ਜਿਹੜੇ ਮੇਰੇ ਨਾਲ ਦੇ ਅੱਜ ਵੀ ਕਈ ਦੋਸਤ ਮੈਨੂੰ ਮਿਲਦੇ ਨੇ ਉਹ ਨਸ਼ਿਆਂ ਦੇ ਵਿੱਚ ਜਿਹੜੇ ਆ ਗਲਤਾਨ ਹੋ ਚੁੱਕੇ ਆ ਅਤੇ ਆਪਣੇ ਘਰਦਿਆਂ ਨੂੰ ਤੰਗ ਕਰਦੇ ਆ ਹੋਰ ਵੀ ਲੋਕਾਂ ਨੂੰ ਤੰਗ ਕਰਦੇ ਆ ਪਰ ਪਰਮਾਤਮਾ ਨੇ ਵੇਖੋ ਮੈਨੂੰ ਮਤਲਬ ਕਿਰਪਾ ਕਰਕੇ ਜਿਹੜਾ ਵਾ ਉਸ ਪਾਸੇ ਤੋਂ ਨਸ਼ਿਆਂ ਦੀ ਦਲਦਲ ਤੋਂ ਬਚਾ ਕੇ ਮੈਨੂੰ ਗੁਰਸਿੱਖੀ ਦੇ ਨਾਲ ਮੈਨੂੰ ਤਾਂ ਜੋੜਿਆ ਜੋੜਿਆ ਨਾਲ ਮੈਂ ਹੋਰ ਕਿੰਨੇ ਜਿਹੜੇ ਆ ਆਪਣੇ ਬੱਚੇ ਜਿਹੜੇ ਜੋੜ ਰਿਹਾ ਵਾ ਅਤੇ ਮੇਰੇ ਜੀਵਨ ਦੇ ਵਿੱਚ ਤਬਦੀਲੀ ਉਦੋਂ ਆਉਂਦੀ ਹੈ ਕਿ ਜਦੋਂ ਮੈਨੂੰ ਬਿਮਾਰੀ ਇੱਕ ਜਿਹੜੀ ਆਣ ਕੇ ਲੱਗ ਜਾਂਦੀ ਹੈ ਉਹ ਬਿਮਾਰੀ ਦੇ ਨਾਲ ਹੀ ਮੇਰਾ ਜਿਹੜਾ ਪਹਿਲਾ ਜੀਵਨ ਸੀ ਉਹ ਖਤਮ ਹੋ ਜਾਂਦਾ ਅਤੇ ਨਵਾਂ ਜੀਵਨ ਗੁਰਸਿੱਖੀ ਵਾਲਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਏਮ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਹਰਪਿੰਦਰ ਸਿੰਘ ਕੁਹਾਰੀ ਵੱਲੋਂ ਸਤਿ ਸ਼੍ਰੀ ਅਕਾਲ ਇੱਕ ਵਾਰ ਮੁੜ ਤੋਂ ਲੈ ਕੇ ਹਾਜ਼ਰ ਹਾਂ ਤੁਹਾਡਾ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਜ਼ਰਾ ਗੌਰ ਕਰਨਾ ਗੁਰਬਾਣੀ ਗੁਰੂ ਦਾ ਫਰਮਾਨ ਹੈ जैसे सत मंदिर कंचन के उसार देने तैसा पुन सिख को एक शब्द सिखाएगा अजे ही गुणा के धारनी एक शख्सियत अज तुहाडे नाल मिलाउण जा रहे हैं सर स्वागत है तुहाडा साडे इस खास प्रोग्राम विच वाहिगुरु जी का खालसा वाहिगुरु जी की फतेह सर गलबात की शुरुआत करते हैं तो सब तो पहला यही जानना चाहवांगा कि तुसी एक अध्यापक हो एक प्रचारक भी हो तो एक नेक दिल इंसान भी हो तो ਇਹ ਜਿਹੜਾ ਸੁਭਾਅ ਅਤੇ ਇਹ ਜਿਹੜਾ ਆਚਰਣ ਕਿਵੇਂ ਜ਼ਿੰਦਗੀ ਦੇ ਵਿੱਚ ਆਇਆ ਇਸ ਦੀ ਜੋ ਸ਼ੁਰੂਆਤ ਕਿਉਂਕਿ ਹਰ ਇੱਕ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਸਾਡੇ ਚੇਂਜਿੰਗ ਆਉਂਦੀ ਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਜ਼ਰੂਰ ਵਾਪਰਦੀ ਆ ਜਿਸ ਨਾਲ ਸਾਡਾ ਉਹ ਘਟਨਾ ਦੇ ਨਾਲ ਸਾਡੇ ਜੀਵਨ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਜਾਂਦਾ ਇਸੇ ਤਰ੍ਹਾਂ ਇਹ ਮੇਰੇ ਨਾਲ ਵੀ ਇੱਕ ਘਟਨਾ ਵਾਪਰੀ ਅਤੇ ਮੈਂ 2000 ਸਾਲ ਤੱਕ ਮੇਰਾ ਗੁਰਸਿੱਖੀ ਦੇ ਨਾਲ ਕੋਈ ਵੀ ਨਾਤਾ ਨਹੀਂ ਸੀ ਮੇਰੀ ਕਟਿੰਗ ਸੀ ਮੈਂ ਗੁਰਮਤ ਵਾਲੀ ਸਾਈਡ 'ਤੇ ਨਹੀਂ ਸੀ ਪਰ ਜਿਹੜੀ ਮੇਰੀ ਫੈਮਿਲੀ ਦੇ ਵਿੱਚ ਮੇਰੀਆਂ ਸਿਸਟਰਾਂ ਜੋ ਉਹਨਾਂ ਦੇ ਪਤੀ ਸਨ ਉਹ ਗੁਰਮਤ ਦੇ ਨਾਲ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਅਤੇ ਮੇਰੇ ਜੀਵਨ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਮੈਨੂੰ ਸਿੱਖੀ ਵਾਲੇ ਪਾਸੇ ਆਉਣ ਲਈ ਮਜਬੂਰ ਕਰ ਦਿੱਤਾ ਉਹ ਇਹ ਸੀ ਕਿ ਮੈਂ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਮੈਨੂੰ ਹੋਸਪਿਟਲ ਦੇ ਵਿੱਚ ਵੇਰਕੇ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਗਿਆ ਉੱਥੇ ਜੋ ਡਾਕਟਰ ਸੀ ਉਹ ਵੀ ਅੰਮ੍ਰਿਤਧਾਰੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਗੁਰੂ ਘਰ ਜਾਣ ਵਾਲਾ ਅਤੇ ਉਸਨੇ ਮੈਨੂੰ ਕਿਹਾ ਕਿ ਦੇਖ ਤੇਰੀਆਂ ਮੈਂ ਸਿਸਟਰਾਂ ਨੂੰ ਵੇਖ ਰਿਹਾ ਤੇਰੇ ਜਿਹੜੇ ਉਹਨਾਂ ਦੇ ਸਿਸਟਰਾਂ ਦੇ ਪਤੀ ਹਨ ਉਹਨਾਂ ਨੂੰ ਦੇਖ ਰਿਹਾ ਵੀ ਉਹ ਕਿਵੇਂ ਗੁਰਸਿੱਖੀ ਦੇ ਨਾਲ ਜੁੜੇ ਹੋਏ ਹਨ ਅਤੇ ਤੁਸੀਂ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੈ ਅਤੇ ਮੇਰਾ ਫਿਰ ਉਸ ਵੇਲੇ ਮੇਰੇ ਮਨ ਦੇ ਉੱਤੇ ਇਸ ਗੱਲ ਨੇ ਬਹੁਤ ਅਸਰ ਕੀਤਾ ਜਿਸ ਨਾਲ ਮੇਰਾ ਸਾਰਾ ਜੀਵਨ ਹੀ ਬਦਲ ਗਿਆ ਅਤੇ ਸਰ ਮੈਨੂੰ ਪਤਾ ਲੱਗਿਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਬੱਚਿਆਂ ਨੂੰ ਜਿਹੜਾ ਆ ਸਿਖਾਉਂਦੇ ਹੋ ਕੀਰਤਨ ਸਿਖਾਉਂਦੇ ਹੋਰ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਜੋ ਵੀ ਉਹਨਾਂ ਨੂੰ ਗਿਆਨ ਦਿੱਤਾ ਜਾਂਦਾ ਉਹ ਦੇ ਸਕਦੇ ਹੋ ਦੇਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਹ ਸਭ ਕਿਵੇਂ ਹੋ ਪਾਉਂਦਾ ਮਤਲਬ ਕੌਣ ਇਸ ਪਿੱਛੇ ਸਾਰਾ ਸਹਿਯੋਗ ਕਰਦਾ ਇਸ ਪਿੱਛੇ ਜਿਹੜੀਆਂ ਵਾ ਸਭ ਤੋਂ ਮੇਨ ਜਿਹੜਾ ਵਾ ਵੀ ਆਪਾਂ ਇਹ ਅਕੈਡਮੀ 2010 ਦੇ ਵਿੱਚ ਸ਼ੁਰੂ ਕੀਤੀ ਸੀ ਇਸ ਨੂੰ ਚਲਾਉਣ ਦੇ ਵਿੱਚ ਮੇਰੇ ਦੋਸਤਾਂ ਦਾ ਮੇਰਾ ਇੱਕ ਹੀ ਦੋਸਤ ਆ ਜਿਸਦਾ ਨਾਂ ਸੀ ਗੁਰਪ੍ਰੀਤ ਸਿੰਘ ਉਹਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਅਸੀਂ ਜਦੋਂ ਵੀ
ਪਹਿਲਾਂ ਅਸੀਂ ਨੇੜਲੇ ਪਿੰਡਾਂ ਦੇ ਵਿੱਚ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਅਤੇ ਜਦੋਂ ਵੀ ਅਸੀਂ ਕਲਾਸ ਲਾਉਣ ਵਾਸਤੇ ਜਾਣਾ ਉਸਨੇ ਮੈਨੂੰ ਕਿਉਂਕਿ ਮੈਂ ਤੁਹਾਨੂੰ ਜਾਣਦੇ ਹੋ ਤੁਸੀਂ ਮੈਂ ਚੱਲ ਫਿਰ ਨਹੀਂ ਸਕਦਾ ਅਤੇ ਮੈਂ ਕੋਈ ਸਾਧਨ ਜਿਹੜਾ ਵਾ ਆਪ ਨਹੀਂ ਚਲਾ ਸਕਦਾ ਉਹ ਮੈਨੂੰ ਲੈ ਕੇ ਜਾਂਦੇ ਸਨ ਅਤੇ ਉੱਥੇ ਆਪਾਂ ਜਾ ਕੇ ਗੁਰਮਤਿ ਦਾ ਪ੍ਰਚਾਰ ਕਰੀਦਾ ਸੀ ਇਸ ਵਾਸਤੇ ਸਹਿਯੋਗ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਦਾ ਜਿਹਨੇ ਸਾਨੂੰ ਇਹ ਸੇਵਾ ਲਾਈ ਆ ਅਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਸਹਿਯੋਗ ਆ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਹੋਰ ਵੀ ਜਿੰਨੀਆਂ ਸੰਪਰਦਾਵਾਂ ਕਾਫੀ ਸੰਪਰਦਾਵਾਂ ਦੇ ਲੋਕ ਜਿਹੜੇ ਆ ਸਾਡੇ ਕੋਲ ਆਣ ਕੇ ਬੱਚਿਆਂ ਨੂੰ ਸੇਧ ਦੇਣ ਵਾਸਤੇ ਸਾਡੇ ਕੋਲ ਆਉਂਦੇ ਹਨ ਅਤੇ ਸਾਨੂੰ ਕਈ ਵਾਰ ਉਹ ਸਵਾਲ ਵੀ ਕਰਦੇ ਆ ਕਿ ਬੱਚਿਆਂ ਨੂੰ ਮਤਲਬ ਆਪਾਂ ਕਿਹੜੇ ਮੁਤਾਬਕ ਕਿਉਂਕਿ ਅੱਜ ਸਾਡੇ ਸਿੱਖ ਧਰਮ ਦੇ ਵਿੱਚ ਕਾਫੀ ਵਖਰੇਵੇਂ ਪੈ ਚੁੱਕੇ ਹਨ ਆਪਸੀ ਜਿਹੜੇ ਸਾਡੇ ਮਤਭੇਦ ਪੈ ਚੁੱਕੇ ਹਨ ਅਤੇ ਕਈ ਵਾਰ ਆਉਂਦੇ ਤਾਂ ਅਸੀਂ ਉਹਨਾਂ ਨੂੰ ਇਹੀ ਕਹੀਦਾ ਕਿ ਤੁਸੀਂ ਆਓ ਸੇਧ ਇਹ ਦੇਣੀ ਆ ਬੱਚਿਆਂ ਨੂੰ ਕਿ ਜਿਸ ਨਾਲ ਬੱਚੇ ਸਿੱਖੀ ਦੇ ਨਾਲ ਜੁੜਨ ਅਤੇ ਨਸ਼ੇ ਤੋਂ ਜੋ ਸਮਾਜ ਦੇ ਵਿੱਚ ਹੋਰ ਬਿਮਾਰੀਆਂ ਫੈਲੀਆਂ ਹੋਈਆਂ ਹਨ ਉਹਨਾਂ ਤੋਂ ਬਚੇ ਰਹਿਣ ਕਿ ਮੇਨ ਸਾਡਾ ਮਕਸਦ ਇਹ ਹੈ ਕਿ ਸਾਨੂੰ ਸਹਿਯੋਗ ਨਾਲ ਮਿਸ਼ਨਰੀ ਕਾਲਜ ਜਾਂ ਹੋਰ ਟਕਸਾਲਾਂ ਹੋਰ ਸੰਪਰਦਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਨਾਲ ਨਾਲ ਹੀ ਸ਼੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਜਿਸ ਨੇ ਸਾਨੂੰ ਇਹ ਬਿਲਡਿੰਗ ਤਿਆਰ ਕਰਕੇ ਦਿੱਤੀ ਹੈ ਬੱਚਿਆਂ ਦੇ ਬਹਿਣ ਵਾਸਤੇ ਬੱਚਿਆਂ ਦੇ ਰਹਿਣ ਵਾਸਤੇ ਬਹੁਤ ਹੀ ਵਧੀਆ ਉਹਨਾਂ ਨੇ ਇਹ ਬਿਲਡਿੰਗ ਤਿਆਰ ਕਰਕੇ ਦਿੱਤੀ ਹੈ ਅਤੇ ਸਾਡੇ ਕੋਲ ਇੱਥੇ ਜਿਹੜਾ ਉਹਨਾਂ ਨੇ ਸਾਜ਼ ਹਨ ਜੋ ਹਾਰਮੋਨੀਅਮ ਤਬਲੇ ਉਹ ਵੀ ਸਾਨੂੰ ਦਿੱਤੇ ਹਨ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਸਿਖਾ ਸਕੀਏ ਅਤੇ ਅਜੇ ਵੀ ਉਹਨਾਂ ਨੇ ਫੋਨ ਆ ਰਿਹਾ ਸੀ ਕਹਿ ਰਹੇ ਸਨ ਕਿ ਅਜੇ ਵੀ ਆਪਾਂ ਤੁਹਾਡੇ ਬੱਚਿਆਂ ਨੂੰ ਜਿਹੜੇ ਹੋਰ ਤੰਤੀ ਸਾਜ਼ ਹਨ ਉਹ ਵੀ ਆਪਾਂ ਦੇਵਾਂਗੇ ਕਿ ਇਹਨਾਂ ਬੱਚਿਆਂ ਨੂੰ ਰਾਗਾਂ ਦੇ ਵਿੱਚ ਮਾਹਿਰ ਕੀਤਾ ਜਾਵੇ ਵਧੀਆ ਜਿਹੜੇ ਤਿਆਰ ਕਰਕੇ ਇਹਨਾਂ ਨੂੰ ਸਮਾਜ ਦੇ ਵਿੱਚ ਭੇਜਿਆ ਜਾਵੇ ਕਿ ਆਪਾਂ ਚੰਗੇ ਪ੍ਰਚਾਰਕ ਤਿਆਰ ਕਰੀਏ ਚੰਗੇ ਰਾਗੀ ਤਿਆਰ ਕਰੀਏ ਅਤੇ ਚੰਗੇ ਪਾਠੀ ਤਿਆਰ ਕਰੀਏ ਸਾਡੀ ਅਕੈਡਮੀ ਦੇ ਵਿੱਚ ਸਭ ਤੋਂ ਵੱਡਾ ਰੋਲ ਜੋ ਸਾਡੇ ਕੋਲ ਇੱਕ ਕਿਉਂਕਿ ਕਾਫੀ ਲੜਕੀਆਂ ਆਉਂਦੀਆਂ ਗੁਰਮਤਿ ਦੀ ਸਿੱਖਿਆ ਲੈਣ ਵਾਸਤੇ ਜਿਹੜੀਆਂ ਕੁਝ ਲੜਕੀਆਂ ਜਿਹੜੀਆਂ ਵਾ ਉਹ ਦੂਸਰੀਆਂ ਕੰਟਰੀਆਂ ਦੇ ਵਿੱਚ ਵੀ ਪਹੁੰਚ ਚੁੱਕੀਆਂ ਹਨ ਗੁਰਮਤਿ ਦੀ ਵਿੱਦਿਆ ਲੈ ਕੇ ਅਤੇ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਸਾਡੇ ਕੋਲ ਇੱਕ ਲੜਕੀ ਗੁਰਪਿੰਦਰ ਕੌਰ ਜਿਸ ਦਾ ਬਹੁਤ ਹੀ ਵੱਡਾ ਰੋਲ ਹੈ ਅਤੇ ਇਸ ਅਕੈਡਮੀ ਦੇ ਵਿੱਚ ਉਹ ਪ੍ਰਿੰਸੀਪਲ ਦੀ ਸੇਵਾ ਜਿਹੜੀ ਆ ਨਿਭਾ ਰਹੇ ਆ ਅਤੇ ਉਹਨਾਂ ਦਾ ਵੀ ਜਿਹੜਾ ਵਾ ਬਹੁਤ ਹੀ ਵੱਡਾ ਯੋਗਦਾਨ ਹੈ ਬੱਚਿਆਂ ਦੀ ਤਿਆਰੀ ਕਰਾਉਣ ਦੇ ਵਿੱਚ ਹੋਰ ਬੱਚੇ ਜੋ ਗੁਰਮਤਿ ਸਿੱਖਿਆ ਲੈਂਦੇ ਹਨ ਉਹਨਾਂ ਦੇ ਵਿੱਚ ਉਹਨਾਂ ਦਾ ਜੋ ਅਟੈਂਡਸ ਜੋ ਸਾਰਾ ਕੁਝ ਤਿਆਰ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਅਤੇ ਸਰ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਜਿੰਨੀ ਦੁਨਿਆਵੀ ਪੜ੍ਹਾਈ ਦੀ ਲੋੜ ਹੈ ਉੰਨੀ ਅਧਿਆਤਮਕ ਜਿਹੜੀ ਸਿੱਖਿਆ ਵਾ ਉਹਦੀ ਵੀ ਉੰਨੀ ਜ਼ਰੂਰਤ ਹੈ ਅਤੇ ਮੈਂ ਦਰਸ਼ਕਾਂ ਨੂੰ ਵੀ ਦੱਸ ਦਿਆਂ ਕਿ ਚਾਹੇ ਇਹ ਆਪਣੇ ਵੱਲੋਂ ਜਿਸ ਤਰ੍ਹਾਂ ਵੀ ਹਨ ਪਰ ਫਿਰ ਵੀ ਕੋਸ਼ਿਸ਼ ਕਰਦੇ ਹਨ ਕਿ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਧਾਰਮਿਕ ਫਿਲਮਾਂ ਦਿਖਾ ਕੇ ਜਾਂ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦੇ ਕੇ ਜਿਹੜਾ ਆ ਉਹਨਾਂ ਨੂੰ ਗੁਰਬਾਣੀ ਦੇ ਨਾਲ ਧਰਮ ਦੇ ਨਾਲ ਜੋੜਿਆ ਜਾਵੇ ਅਤੇ ਬੱਚਿਆਂ ਦਾ ਉਹਦੇ ਪ੍ਰਤੀ ਕਿੰਨਾ ਕੁ ਰੁਝਾਨ ਰਹਿੰਦਾ ਸਰ ਇਹ ਸਾਰੀਆਂ ਚੀਜ਼ਾਂ ਵਿੱਚ ਬੱਚਿਆਂ ਦਾ ਰੁਝਾਨ ਜਿਹੜਾ ਕਾਫੀ ਹੈ ਕਿਉਂਕਿ ਜਿਹੜਾ ਸਾਡਾ ਤਜਰਬਾ ਅਤੇ ਉਸਦੇ ਵਿੱਚ ਤਾਂ ਇਹੋ ਹੈ ਕਿ ਜਿੰਨਾ ਆਪਾਂ ਬੱਚਿਆਂ ਦੇ ਨਾਲ ਜਿਵੇਂ ਬੱਚਿਆਂ ਵਾਲੀ ਮੱਤ ਜਿਹੜੀ ਹੁੰਦੀ ਹੈ ਕਿ ਉਸ ਨੂੰ ਆਪਾਂ ਉਹਨਾਂ ਦੇ ਵਿੱਚ ਰਹਿ ਕੇ ਹੀ ਸਾਨੂੰ ਪਤਾ ਚੱਲਦਾ ਹੈ ਕਿ ਬੱਚੇ ਦਾ ਜਿਹੜਾ ਮਨ ਹੈ ਉਹ ਕਿੱਥੇ ਹੈ ਕਿਉਂਕਿ ਬੱਚੇ ਦੇ ਮਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਅਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਮਤਲਬ ਇਕੱਠਿਆਂ ਕਰਕੇ ਫਿਰ ਇਹਨਾਂ ਨੂੰ ਆਪਾਂ ਜਿਹੜਾ ਵਾ ਗੁਰਮਤਿ ਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਸ਼ੁਰੂਆਤ ਦੇ ਵਿੱਚ ਜਿੰਨੀ ਕਿ ਇਹਨਾਂ ਨੂੰ ਚਾਹੀਦੀ ਹੈ ਉਸ ਦੇ ਮੁਤਾਬਕ ਇਹਨਾਂ ਦੇ ਲੈਵਲ ਦੇ ਮੁਤਾਬਕ ਚੱਲ ਕੇ ਹੀ ਆਪਾਂ ਸਾਰਾ ਕੁਝ ਜਿਹੜਾ ਬੱਚਿਆਂ ਤੱਕ ਪਹੁੰਚਾ ਦਿੰਦੇ ਹਾਂ ਅਤੇ ਬੱਚੇ ਉਸ ਚੀਜ਼ ਦੀ ਪਕੜ ਵੀ ਕਰਦੇ ਹਨ ਅਤੇ ਸਰ ਬੱਚਿਆਂ ਦਾ ਤਾਂ ਜ਼ਿਕਰ ਹੋ ਗਿਆ ਤੁਸੀਂ ਮੇਰੇ ਨਾਲ ਜ਼ਿਕਰ ਕਰ ਰਹੇ ਸੀ ਦਰਅਸਲ ਵੱਡਿਆਂ ਦਾ ਵੀ ਮੈਂ ਚਾਹਾਂਗਾ ਕਿ ਉਹ ਵਾਲਾ ਕਿੱਸਾ ਇੱਕ ਜ਼ਰੂਰ ਸਾਡੇ ਨਾਲ ਸਾਂਝਾ ਕੀਤਾ ਜਾਵੇ ਠੀਕ ਹੈ ਜੀ ਕਿ ਮੇਰੇ ਜੀਵਨ ਦੇ ਵਿੱਚ ਕਾਫੀ ਘਟਨਾਵਾਂ ਜਿਹੜੀਆਂ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਗੁਰਮਤਿ ਕਲਾਸ ਲਾਉਂਦਿਆਂ ਲਾਉਂਦਿਆਂ ਕਿ ਜਿਨ੍ਹਾਂ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਹੈਰਾਨੀ ਵੀ ਹੋਈ ਅਤੇ ਉਸ ਚੀਜ਼ ਦਾ ਹਾਸਾ ਵੀ ਆਇਆ ਇੱਕ ਵਾਰ ਇੱਥੇ ਨਾਲ ਹੀ ਸਾਡੇ ਪਿੰਡ ਆ ਪਿੰਡ ਦਾ ਮੈਂ ਨਾਂ ਨਹੀਂ ਲਵਾਂਗਾ ਅਤੇ ਉੱਥੇ ਮੈਨੂੰ ਜਦੋਂ ਸੱਦਿਆ ਗਿਆ ਪ੍ਰਬੰਧਕਾਂ ਵੱਲੋਂ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਕਾਫੀ ਮਨਮਤ ਦਾ ਜ਼ੋਰ ਹੈ ਵੀ ਜਿਵੇਂ ਸਾਡੇ ਸਿੱਖ ਧਰਮ ਦੇ ਵਿੱਚ ਕਿਉਂਕਿ ਜਿਹੜੇ ਦੂਸਰੇ ਧਰਮ ਨਾਲ ਸੰਬੰਧ ਰੱਖਦੇ ਹਨ ਕੋਈ ਹਿੰਦੂ ਨਾਲ ਕੋਈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਉਹਨਾਂ ਦੇ ਆਪਣੇ ਰੀਤੀ ਰਿਵਾਜ਼ ਜਿਹੜੇ ਹਨ ਉਹਨਾਂ ਨੂੰ ਮੁਬਾਰਕ ਹਨ ਉਹ ਆਪਣੇ ਵਰਤ ਵੀ ਰੱਖ ਸਕਦੇ ਹਨ ਆਪਣੇ ਹੋਰ ਵੀ ਜਿੰਨੇ ਹਨ ਕਰ ਸਕਦੇ ਹਨ ਆਪਣੇ ਕਰਮ ਕਰ ਸਕਦੇ ਹਨ ਪਰ ਜਿਹੜਾ ਸਿੱਖ ਹੈ ਸਿੱਖ ਇੱਕ ਅਕਾਲ ਪੁਰਖ ਤੋਂ ਸਿਵਾ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ
केवल तो केवल गुरु ग्रंथ साहिब जी ने अपना गुरु मानता है तो शब्द के नाल जुड़ता है। पर उत्थे जदों मैनूं पता लगा कि प्रबंधकों ने मैनूं कहा कि इत्थे लोग काफ़ी मनमत करते हैं तो जिहड़े इत्थे कबरां बनिया हन मट्टियां बनिया उत्थे तेल पा के आउंदे हन बीबियां वर्त रखदियां हन तो मैं इस तरीके दे नाल उत्थे शब्द विचार की जदों तो उत्थे ये होया कि वह जिन्नियां बीबियां सन कट्ठियां होकर गुरद्वारा साहब के सामने आ गई। जो सामने आई मैनूं पता चल गया कि कुछ ना कुछ जिहड़ी हुण घटना जरूर वापरन वाली है तो वह गुरद्वारा साहब के कुदरती कि दो दरवाजे सन एक अगे एक पिछे ठीक है तो वह असं की किया कि मैनू जो समाप्ति की समाप्ति करन तो बाद मैं एकदम किसी नाल जो मेरा गया से उसका सहारा लैके मैं बाहर आ गया तो बहर आने तो बाद मैं प्रबंधक ने कहा कि भाई साहब जी प्रशादा छक लो मैं नहीं प्रशादा तो हम बाद छकेंगे पहले हमें जल्दी जाना फिर निकल दोस्त भी जो पूछ रहा की होया तो ठीक है चल नहीं मैं भी चलो हूँ मैं तो उन्होंने पहले कहा हूँ कि जो भी मेरे नीते निकलना वा क्योंकि मैं एक नरेंद्र सिंह कपूर आ बहुत वधिया राइटर आ उन्हां दीआं जिहड़ीआं थॉट हन पढ़न वाले हैं उन्होंने भी लिखा है कि जदों तुसीं घर तों सच बोलन लई निकलदे हो तो वस्त्र अपने अपने जो कपड़े हैं ड्रैस वह पा के जानी चाहिए जिन्हां नूं भी तुहाडी वो ड्रैस पाट भी जाए तो पाटन का कोई नुकसान ना हो जां तुहानूं मतलब कोई उसका दुख ना लगे कि इस तरह के वस्त्र पाने चाहिए जो सच बोलन वास्ते घरों निकलना है वस्त्र इदां दे साडे होने चाहिए हैं कि मतलब उन्होंने पाटन का सानूं मतलब कोई भी नुकसान ना लगे। वाह सर मैं अज लगता कि तुम्हारिया गलों तो मैं भी बड़ा कुछ सीखने को भी मिलेगा तो होर भी मैं एक तुहाडे नाल छोटी जी घटना सांझी करांगा। मैं इस तरह पिंड धर्मूचक उत्थे क्लास लाने वास्ते गया उत्थे विचार चल रही सी अपने भई प्राप्त मानुख देवरिया गोबिंद मिलन की ये तेरी बरिया अवर काज तेरा कितै ना काम मिल साध संगत पज केवल नाम। जब मैं ये शब्द की विचार करद्या पहुँचा कि अवर काज तेरा कितै ना काम कि मैं क्या भी गुरु साहब जी कह रहे हैं ना उत्थे ना काफ़ी बच्चियां बैठिया सन तो बजुर्ग मातावान भी बैठिया सन तो जो मैं क्या भी गुरु साहब जी कह रहे हैं ना अवर काज तेरा कितै ना काम तो मैं क्या भी इसका अर्थ ये नहीं कि जो आप दुनियावी काम करते हैं कि गुरु साहब जी कह रहे हैं मेरे कहने का तरीका सी कि गुरु साहब जी कह रहे हैं कि जो आप घर के बर्तन मांजते हैं इन्हों मांजन का कोई फायदा नहीं घर के आप प्रशादा बनाने प्रशादा बनाने का कोई फायदा नहीं क्योंकि आप काम कार कर रहे हैं तो उत्थे जिहड़ी वह बजुर्ग माता सी वह खड़ी हो गई तो मैनूं कहन लगी कि चंगी सिक्ख्या दे रहा तू कि साडियां बच्चियां नूं तू चंगी सिक्ख्या दे रहा तू तो इधरले पासे जोड़ना कि तुसीं अपने घर का काम करो तो मैं क्या माता जी पहलां पूरी गल ते मेरी बोल लैण दिओ क्योंकि अद्ध दे विच ही टोक दिता उसनूं इस तरह लग्या कि जिवें कह रहे हैं कि ये दुनियावी काम करने व्यर्थ हैं पर असल दे विच गुरु साहिब जी का जो सिधांत है क्योंकि जो आप गुरबाणी में विचारते हैं गुरु साहिब जी ने अवर काज तेरा कितै ना काम मिल साध संगत भज केवल नाम कि अजिहे कर्म नहीं सानू करने चाहिए जिन्हों का किसी को भी फायदा नहीं होंदा क्योंकि जो आप भगत नामदेव जी तो भगत त्रिलोचन जी आपस में दोनों मित्र सन तो उत्थे भगत नामदेव जी जो अपना काम कार करते हैं तो भगत त्रिलोचन जी जिहड़े आ भगत नामदेव जी ने सवाल करते हैं क्योंकि भगत नामदेव जी अपने काम कारां दे विच बिजी हैं तो उन्होंने लगता है कि ये जो भगत नामदेव अपना काम कार करी जा रहा उस परमात्मा नूं सिमर नहीं रहा तो उत्थे उन्होंने कहा कि नामा माया मोहया कहत लोचन मीत भगत नामदेव जी भगत लोचन जी नूं कह रहे हैं कि नामे नूं माया ने मोह लिया है ये अपने घर के काम कार ही करी जा रहे हैं नामा माया मोहया कहत लोचन मीत काहे शीपो शैलिया राम न लावो चीत कि तुसी राम दे नाल ते अपना परमात्मा राम तो भाव जिहड़ा रमिया होया परमात्मा भी उस नाल तुसी अपना मन ही नहीं जोड़ रहे केवल तो केवल अपने दुनियावी कमां कारां दे विच लगे हो तो उत्थे भगत नामदेव जी ने बहुत ही सोहना जवाब दिता सी नामा कहे तलोचना मुखते राम संभाल हाथ पाँव कर काम सब चीत निरंजन नाल कि हत्थां पैरां दे नाल कम करना तो जिहड़ा मन साडा है वह उस अकाल पुरख के नाल जुड़िया होना चाहिए है चाहे आप कोई सरकारी कोई जॉब करते हैं जां आपां कोई किराने की दुकान करते हैं जां डॉक्टर की दुकान करते हैं जां कोई मैडिकल दे विच लगा होया है पर जे आपां वो काम अपना ईमानदारी नाल कर रहे हैं तो वो साडा जिहड़ा काम ईमानदारी नाल कीता होया ही साडा सिमरन है। बिल्कुल और मैं ये भी दस दिया दर्शकों को मैं हुणे ही तुहाडे कोल इत्थे पहुंचिया तो सर होनी अपना नाल एक दुकान भी चलाउंदे ने अपने वास्ते तो
ਉੱਥੇ ਸਮਾਨ ਜਿਹੜਾ ਵੇਚਣ ਵਾਲਾ ਆਇਆ ਜਿਹੜਾ ਦੁਕਾਨ 'ਤੇ ਸੌਦਾ ਆਪਾਂ ਸੁੱਟੀ ਦਾ, ਅਤੇ ਕਿਹੜਾ ਸਮਾਨ ਕਹਿੰਦੇ ਸਰ ਉਹਨੂੰ, ਉਹ ਜਿਹੜਾ ਛੋਟਾ ਮੋਟਾ ਸਮਾਨ ਹੁੰਦਾ ਹੈ, ਮਨਿਆਰੀ ਦਾ ਹੀ ਕਹਿ ਮਨਿਆਰੀ ਦਾ ਕਹਿ ਸਕਦੇ ਆਪਾਂ, ਅਤੇ ਉਹਦੇ ਵਿੱਚ ਉਹਨੇ ਬੱਚਿਆਂ ਦੇ ਜਿਹੜੇ ਨੋਹ ਜਿਹੜੇ ਹੁੰਦੇ ਆ ਨਕਲੀ ਨੋਹ, ਉਹ ਵੀ ਵਿੱਚ ਰੱਖੇ ਸੀਗੇ, ਕੰਘੀਆਂ ਰੱਖੀਆਂ ਸੀਗੀਆਂ, ਰਬੜ ਬੈਂਡ ਰੱਖੇ ਸੀ, ਬਾਂਟੇ ਰੱਖੇ ਸੀ, ਤਾਸ਼ ਰੱਖੀ ਸੀ, ਅਤੇ ਸਰ ਉਹ ਕਹਿੰਦੇ ਕਿ ਸਰ ਜੀ ਹਾਂਜੀ ਕੀ ਲੈਣਾ, ਅਤੇ ਸਰ ਨੇ ਵਿੱਚੋਂ ਜਿੱਦਾਂ ਕੰਘੀ ਹੋ ਗਈ ਉਹ ਵੀ ਰੱਖ ਲਿਆ, ਹੋਰ ਜਿਹੜਾ ਮੌਲੀ ਹੋ ਗਈ ਉਹ ਵਰਤਦੇ ਲੋਕ ਵਿਆਹਾਂ ਵਿੱਚ ਉਹ ਵੀ ਰੱਖ ਲਈ, ਹੋਰ ਜਿਹੜੇ ਇੱਧਰ ਉੱਧਰ ਦਾ ਸਮਾਨ ਹੀ ਨੋ ਹੋ ਗਏ ਬਾਂਟੇ ਹੋ ਗਏ ਪਾਸੇ ਕੱਢ ਛੱਡੇ, ਅਤੇ ਮੈਂ ਤਾਂ ਸਰ ਲੱਗ ਗਈ ਉੱਦਾਂ ਤਾਂ ਭਾਜੀ ਬੈਠੇ ਸੀ, ਅਤੇ ਮੈਂ ਲੱਗ ਕੇ ਕਹਿ ਤਾ, ਮੈਂ ਕਿਹਾ ਸਾਰੇ ਉਹੀ ਸਮਾਨ ਲੈ ਰਹੇ ਆ ਜਿਹੜੇ ਬੱਚੇ ਵਰਤ ਸਕਦੇ ਆ, ਜਿਹੜੇ ਵਿਗਾੜਨ ਉਹ ਸਮਾਨ ਸਰ ਬਿਲਕੁਲ ਹੀ ਕੱਢੀ ਜਾ ਰਹੇ ਸਮਾਨ ਦੇ ਵਿੱਚੋਂ, ਅਤੇ ਇਹ ਇਹਨਾਂ ਦਾ ਇੱਕ ਕਿਰਦਾਰ ਹੈ, ਇੱਕ ਚਰਿੱਤਰ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਹੰਢਾਇਆ ਉਹ ਚਾਹੁੰਦੇ ਹਨ ਕਿ ਬੱਚੇ ਉਹਦੇ ਤੋਂ ਸੇਧ ਲੈਣ ਅਤੇ ਕੁਝ ਵਧੀਆ ਚੀਜ਼ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਬਣ ਕੇ ਨਿਕਲਣ। ਅਤੇ ਸਰ ਕਿਵੇਂ ਮਹਿਸੂਸ ਕਰਦੇ ਹੋ ਕਿ ਤੁਸੀਂ ਪਹਿਲਾਂ ਕੁਝ ਹੋਰ ਸੀ ਅਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਪਰਿਵਰਤਨ ਆਇਆ, ਉਸ ਨੂੰ ਕਿਵੇਂ ਮਹਿਸੂਸ ਕਰ ਰਹੇ ਹੋ, ਕਿੰਨੀ ਸੰਤੁਸ਼ਟੀ ਜਿਹੜੀ ਆ ਉਹ ਮਹਿਸੂਸ? ਮੈਨੂੰ ਜਿਹੜੀ ਬਹੁਤ ਹੀ ਜ਼ਿਆਦਾ ਸੰਤੁਸ਼ਟੀ ਹੈ, ਮੈਂ ਉਸਦਾ ਬਿਆਨ ਨਹੀਂ ਕਰ ਸਕਦਾ ਵੀ ਕਿੰਨੀ ਕੁ ਮੈਨੂੰ ਉਹ ਮਤਲਬ ਉਸ ਚੀਜ਼ ਦੀ ਜਿਹੜੀ ਆ ਖੁਸ਼ੀ ਮਿਲਦੀ ਹੈ, ਕਿਉਂਕਿ ਮੈਂ ਇੱਥੋਂ ਤੱਕ ਕਿ ਮੈਂ ਲਗਭਗ ਅੱਜ ਤੋਂ 7 ਸਾਲ ਪਹਿਲਾਂ ਅਮਨਦੀਪ ਹੋਸਪਿਟਲ ਗਿਆ ਸੀ। ਉੱਥੇ ਜਦੋਂ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਹਾਲਾਤ ਜਿਹੜੇ ਕਿਵੇਂ ਹਨ, ਅਤੇ ਉਹਨਾਂ ਨੇ ਵੇਖਦਿਆਂ ਸਾਰ ਹੀ ਕਹਿ ਦਿੱਤਾ ਕਿ ਜਿਹੜੀ ਤੁਹਾਡੀ ਉਮਰ ਆ ਨਾ ਹੱਦ ਉਹ 35 ਸਾਲ ਤੱਕ ਆ, ਕਿ 35 ਸਾਲ ਤੋਂ ਬਾਅਦ ਤੁਹਾਡੀ ਜਿਹੜੀ ਆ ਉਹ ਡੈਥ ਹੋ ਜਾਏਗੀ ਡਾਕਟਰ ਦਾ ਕਹਿਣ ਮੁਤਾਬਕ। ਜਦੋਂ ਉੱਥੋਂ ਉਹਨਾਂ ਨੇ ਕਹਿ ਦਿੱਤਾ ਵੀ ਚਲੋ, ਕਈ ਵਾਰ ਇਸ ਤਰ੍ਹਾਂ ਦੇ ਡਾਕਟਰ ਮਿਲ ਜਾਂਦੇ ਆ ਰੱਬ ਦਾ ਨਾਂ ਲੈਣ ਵਾਲੇ, ਉਹ ਵੀ ਕੋਈ ਰੱਬ ਦਾ ਨਾਂ ਲੈਣ ਵਾਲਾ ਸੀ। ਉਹ ਕਹਿਣ ਲੱਗਾ ਕਿ ਜੇ ਅਸੀਂ ਤੁਹਾਨੂੰ ਕਹਿ ਦਿੱਤਾ ਕਿ ਤੁਹਾਡਾ ਓਪਰੇਸ਼ਨ ਕਰ ਦਿੰਦੇ ਹਾਂ, ਤੁਸੀਂ ਓਪਰੇਸ਼ਨ ਕਰਵਾ ਲੈਣਾ ਹੈ। ਮੈਂ ਕਿਹਾ ਬਿਲਕੁਲ। ਕਹਿੰਦਾ ਵੀ ਜੇਕਰ ਆਪਾਂ ਤੁਹਾਨੂੰ 50-60 ਹਜ਼ਾਰ ਰੁਪਏ ਦੀ ਦਵਾਈ ਮੈਡੀਸਿਨ ਲਿਖ ਦਿੱਤੀ ਉਹ ਵੀ ਤੁਸੀਂ ਲੈ ਲੈਣੀ? ਮੈਂ ਕਿਹਾ ਬਿਲਕੁਲ, ਅਸੀਂ ਤਾਂ ਲਵਾਂਗੇ। ਅਤੇ ਕਹਿੰਦਾ ਇਸ ਕਰਕੇ ਤੁਸੀਂ ਆਰਾਮ ਨਾਲ ਆਪਣੇ ਘਰ ਚਲੇ ਜਾਓ, ਅਤੇ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਆ, ਮਸਲ ਡਿਸਟ੍ਰੋਫੀ ਨਾਂ ਦੀ ਮੈਨੂੰ ਬਿਮਾਰੀ ਆ, ਅਤੇ ਕਹਿੰਦੇ ਵੀ ਇਹਦਾ ਕੋਈ ਇਲਾਜ ਨਹੀਂ ਆ, ਤੁਸੀਂ ਘਰ ਚਲੇ ਜਾਓ, ਤੁਹਾਡੀ ਜਿਹੜੀ ਉਮਰ ਆ 35-36 ਸਾਲ ਇੰਨੀ ਕੁ ਉਹਨਾਂ ਦੱਸੀ, ਪਰ ਅੱਜ ਮੇਰੀ ਉਮਰ ਜਿਹੜੀ ਆ 36 ਸਾਲ ਲਗਭਗ ਹੋ ਚੁੱਕੀ ਆ, 36.5 ਸਾਲ, ਪਰ ਅੱਜ ਤੱਕ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ। ਅਤੇ ਮੈਂ ਪ੍ਰੋਬਲਮ ਨਾ ਆਉਣ ਦਾ ਕਾਰਨ ਕੀ ਮੰਨਦਾ ਕਿ ਜਿਹੜੀ ਮੈਂ ਸੇਵਾ ਕਰ ਰਿਹਾ ਬੱਚਿਆਂ ਦੀ। ਅਤੇ ਕਈ ਵਾਰ ਆਪਾਂ ਪਿੰਡਾਂ ਦੇ ਵਿੱਚ ਸੇਵਾ ਕਰਨ ਵੀ ਚਾਹੀਦਾ, ਬੱਚਿਆਂ ਦੀਆਂ ਕਲਾਸਾਂ ਲਗਾਈ ਦੀਆਂ, ਕਿਉਂਕਿ ਆਪਾਂ ਜਦੋਂ ਕਲਾਸ ਲਾਉਂਦੇ ਹਾਂ ਉੱਥੇ ਆਪਣਾ ਕੋਈ ਵੀ ਉਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਕੀਤਾ, ਅਤੇ ਕਦੀ ਵੀ 1 ਰੁਪਏ ਦੀ ਵੀ ਆਪਾਂ ਮੰਗ ਨਹੀਂ ਕਰਦੇ। ਆਪਾਂ ਸਿਰਫ ਕਹਿ ਦਿੰਦੇ ਹਾਂ ਕਿ ਸਾਨੂੰ ਗੁਰਦੁਆਰਾ ਸਾਹਿਬ ਖੁੱਲ੍ਹਾ ਚਾਹੀਦਾ, ਬੱਚੇ ਚਾਹੀਦੇ ਆ, ਅਤੇ ਸਾਨੂੰ ਜਿਹੜਾ ਵਾ ਅਸੀਂ ਉਹਨਾਂ ਨਾਲ ਗੁਰਮਤਿ ਵਿਚਾਰਾਂ ਕਰਨੀਆਂ ਹਨ। ਲਗਭਗ ਸਾਡਾ ਸਾਰਾ ਟਾਈਮ ਬੱਚਿਆਂ ਦੇ ਵਿੱਚ ਹੀ ਨਿਕਲਦਾ, ਅਤੇ ਕਈ ਵਾਰ ਉੱਥੇ ਵੀ ਸਵਾਲ ਕਰਦੇ ਨੇ ਕਿ ਤੁਹਾਨੂੰ ਸੇਵਾ ਕਰਕੇ ਕੀ ਮਿਲਦਾ। ਇੱਕ ਵਾਰੀ ਇਸੇ ਤਰ੍ਹਾਂ ਹੀ ਮੇਰੇ ਨਾਲ ਘਟਨਾ ਵਾਪਰੀ, ਅਤੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਨਾਲ ਗੁਰਮਤਿ ਵਿਚਾਰ ਕਰਨ ਵਾਸਤੇ ਗਿਆ, ਅਤੇ ਉੱਥੇ 2 ਕੁ ਜਣੇ ਆਪਣਾ ਸਫਾਈ ਕਰ ਰਹੇ, ਕੋਈ ਝਾੜੂ ਫੇਰ ਰਿਹਾ ਸੀ, ਕੋਈ ਦਰੀਆਂ ਨੂੰ ਝਾੜ ਰਿਹਾ ਸੀ, ਅਤੇ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਤੁਸੀਂ ਜੋ ਇਹ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਉਂਦੇ ਹੋ ਇਸ ਦੇ ਬਦਲੇ ਤੁਹਾਨੂੰ ਕੀ ਮਿਲਦਾ? ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਇਹ ਝਾੜੂ ਲਾ ਰਹੇ ਹੋ ਜਾਂ ਦਰੀਆਂ ਝਾੜ ਰਹੇ ਹੋ ਅਤੇ ਤੁਹਾਨੂੰ ਇੱਥੇ ਕੀ ਮਿਲ ਰਿਹਾ? ਮੈਂ ਕਿਹਾ ਵੀ ਕੋਈ ਬੰਦਾ ਆਪਣੇ ਤਨ ਦੇ ਨਾਲ ਸੇਵਾ ਕਰਦਾ ਹੈ, ਕੋਈ ਮਨ ਦੇ ਨਾਲ, ਕੋਈ ਧਨ ਦੇ ਨਾਲ। ਮੈਂ ਕਿਹਾ ਤੁਸੀਂ ਹੁਣ ਵੇਖੋ, ਸਰੀਰਕ ਤੌਰ 'ਤੇ ਸਟਰੋਂਗ ਹੋ, ਤੁਸੀਂ ਝਾੜੂ ਪੋਚਾ ਲਾ ਸਕਦੇ ਹੋ, ਮੈਂ ਨਹੀਂ ਲਾ ਸਕਦਾ, ਅਤੇ ਮੇਰੇ ਕੋਲ ਇੰਨਾ ਧਨ ਦੌਲਤ ਵੀ ਨਹੀਂ ਹੈ ਵੀ ਜਿਹੜਾ ਮੈਂ ਇੱਥੇ ਕੁਝ ਦਾਨ ਪੁੰਨ ਕਰ ਦੇਵਾਂ। ਮੈਂ ਕਿਹਾ ਵੀ ਮੇਰੇ ਕੋਲ ਮਨ ਦੀ ਜਿਹੜੀ ਆ ਵੀ ਮੇਰੇ ਕੋਲ ਜੋ ਮੈਨੂੰ ਵਾਹਿਗੁਰੂ ਪਰਮਾਤਮਾ ਨੇ ਗੁਰੂ ਦੀ ਕਿਰਪਾ ਨਾਲ ਜਿੰਨਾ ਕੁ ਮੈਨੂੰ ਗਿਆਨ ਹੈ ਮੈਂ ਉਹਨਾਂ ਨੂੰ ਉਹ ਵੰਡ ਸਕਦਾ। ਬਿਲਕੁਲ ਸਰ, ਔਰ ਅਸੀਂ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਇੱਦਾਂ ਹੀ ਬੱਚਿਆਂ ਦੀ ਔਰ ਮਨੁੱਖਤਾ ਦੀ ਜਿਹੜੀ ਆ ਸੇਵਾ ਜ਼ਿੰਦਗੀ ਭਰ ਲੰਮੀ ਉਮਰ ਤੱਕ ਕਰਦੇ ਰਹੋ। ਅਤੇ ਸਰ ਹੁਣ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਅੰਤਿਮ ਪੜਾਅ ਵੱਲ ਜਾ ਰਿਹਾ ਆ, ਫਿਰ ਵੀ ਮੈਂ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਵੱਲੋਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਤਾਂ। ਦਰਸ਼ਕਾਂ ਨੂੰ ਮੇਰੇ ਜੀਵਨ ਦੇ ਵਿੱਚ ਜਿਹੜੇ 15-20 ਦਿਨਾਂ ਕਾਫੀ ਜਿਹੜੇ ਮੇਰੇ ਵਾਸਤੇ ਚੰਗੇ ਨਹੀਂ ਗੁਜ਼ਰੇ, ਵੀ ਜਿਸ ਦਾ ਪ੍ਰਭਾਵ ਜਿਹੜਾ ਮੇਰੇ ਮਨ 'ਤੇ ਬਹੁਤ ਪੈ ਗਿਆ, ਇਹ ਘਟਨਾ ਵਾਪਰੀ ਕਿ ਮੇਰੇ ਜੋ ਮੈਂ ਅਕੈਡਮੀ ਚਲਾ ਰਿਹਾ ਹਾਂ ਇਸ ਵਿੱਚ ਜੋ ਬੱਚੇ ਆਉਂਦੇ ਹਨ ਉਹਨਾਂ ਦੇ ਪ੍ਰੋਗਰਾਮ ਜਦੋਂ ਗੁਰਦੁਆਰਾ ਸਾਹਿਬ ਵਿੱਚ ਆਪਾਂ ਕਰੀਦੇ ਸੀ, ਅਤੇ ਸਾਡੇ ਇੱਥੇ ਘਰ ਦੇ ਨੇੜੇ ਹੀ ਬੀਬੀ ਸਰਬਜੀਤ ਕੌਰ ਵੀ ਜਿਨ੍ਹਾਂ ਦਾ ਬਹੁਤ ਹੀ ਵੱਡਾ ਇਹ ਰੋਲ ਸੀ ਇੱਥੇ ਬੱਚਿਆਂ ਦਾ ਲੰਗਰ ਤਿਆਰ ਕਰਨਾ ਜਾਂ ਹੋਰ ਵੀ ਕੋਈ ਆਈਡੀਆ ਲੰਗਰ ਬਾਰੇ, ਇਹ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਚੁੱਕ ਲੈਂਦੇ ਸੀ।
तो उन्हों का घाटा सानू जिहड़ा वा पै गया इस टाइम, क्योंकि उन्होंने एक महीने के सानू पता लगा, एक महीने के सारी वो घटना वापर गई कि किस तरह उन्होंने जिहड़ी कैंसर की बीमारी वो हो गई। तो उस दे नाल ही उन्हां दी ज पता ही सानू उदों लगा जदों कैंसर जिहड़ा चौथी स्टेज पर पहुँच चुका सी। काफ़ी कोशिश की उन्हां नू बचाउण दी, पर जो वाहिगुरू का भाणा गुरबाणी के अनुसार जो भी जो आया सो चल सी, सब कोई आई वारी है, उस भाणे नू मंनदिआं होइआं सानू ये प्रवान करना पैना। तो मैं ये भी कहना चाहुंदा कि जितों आपां कोई चंगा काम करदे आ, चंगे काम करन दे विच सानू जिहड़ा सहयोग देना चाहिए अपना, भावें असी शरीरक तौर पर नहीं चल फिर सकते, पर जिन्ने जोगे होइए आप जिहड़ा वा जदों कोई गरीब है जां मान लो कोई मरीज़ है उसकी हैल्प करने वास्ते अगे होना चाहिए। पर मैं तो यह कहना चाहवागा कि तुसी भी बड़ी वधिया मेहनत कर रहे हो बच्चों के उपर, तो इस तरह ही तुसी बच्चों वास्ते करते रहो। तो ये सन साडे अज दे खास मेहमान, उन्हां दी गल्लां तों उन्हां दी शख्सियत की झलक तो तुसी वेख ही लई। हुण उन्हां दे विद्यार्थियों नूं मिलांगे जिहड़े उन्हां कोलों कीर्तन सीखते ने, होर गुरबाणी संथ्या सीखते ने, तो आओ हुण असीं मिलदे हां उन्हां दे विद्यार्थी। बेसमा 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 ही पाई
जरा गौर कर,